ਡੇਰਾ ਪ੍ਰੇਮੀਆਂ ਤੇ ਬੇਅਦਬੀ ਦੇ ਦੋਸ਼ਾਂ ਦਾ ਵਿਵਾਦ ਥੰਮਦਾ ਨਜ਼ਰ ਨਹੀਂ ਆ ਰਿਹਾ। ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਮੈਂਬਰ ਮਹਿੰਦਰਪਾਲ ਬਿੱਟੂ ਮਨਚੰਦਾ ਦੇ ਸਥਾਨਕ ਗ੍ਰਹਿ ਵਿਖੇ ਵਿਸ਼ੇਸ਼ ਜਾਂਚ ਟੀਮ ਨੇ ਅਚਾਨਕ ਛਾਪੇਮਾਰੀ ਕੀਤੀ। ਇਹ ਛਾਪੇਮਾਰੀ DIG ਰਣਵੀਰ ਸਿੰਘ ਖੱਟੜਾ ਦੀ ਅਗਵਾਈ ਵਿੱਚ ਕੀਤੀ ਗਈ ਸੀ। ਛਾਪੇਮਾਰੀ ਦੌਰਾਨ ਮਹਿੰਦਰਪਾਲ ਬਿੱਟੂ ਮਨਚੰਦਾ ਦੇ ਗ੍ਰਹਿ ਵਿਖੇ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਅਤੇ 32 ਬੋਰ ਦੇ 28 ਖਾਲੀ ਕਾਰਤੂਸ ਮਿਲੇ ਹਨ। ਜਿਸ ਤੋਂ ਬਾਅਦ ਸਥਾਨਕ ਸਿਟੀ ਥਾਣੇ ਵਿੱਚ ਉਸ ਦੇ ਖਿਲਾਫ਼ IPS ਦੀ ਧਾਰਾ 295 ਅਤੇ ਅਸਲਾ ਐਕਟ ਦੀ ਧਾਰਾ 2554 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ DIG ਰਣਵੀਰ ਸਿੰਘ ਖੱਟੜਾ ਨੇ ਦੱਸਿਆ ਕਿ ਅੱਜ ਸਥਾਨਕ ਮੁਕਤਸਰ ਸੜਕ ਤੇ ਸਥਿਤ ਇੱਕ ਡੇਰਾ ਪ੍ਰੇਮੀ ਜਗਜੀਤ ਸਿੰਘ ਕੰਡਾ ਦੇ ਘਰ ਛਾਪੇਮਾਰੀ ਕਰਦਿਆਂ ਸ਼ਬਦਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪੋਥੀ ਪਹਿਲੀ ਅਤੇ ਕੁਝ ਹੋਰ ਧਾਰਮਿਕ ਪੁਸਤਕਾਂ ਬਰਾਮਦ ਹੋਈਆਂ ਹਨ। ਉਹਨਾਂ ਦੱਸਿਆ ਕਿ ਉਕਤ ਧਾਰਮਿਕ ਗ੍ਰੰਥ ਜਾਂ ਪੁਸਤਕਾਂ ਨੂੰ ਨੇੜਲੇ ਗੁਰਦੁਆਰਿਆਂ ਦੇ ਗ੍ਰੰਥੀਆਂ ਨੂੰ ਬੁਲਾ ਕੇ ਸਤਿਕਾਰ ਨਾਲ ਗੁਰਦੁਆਰਾ ਸਾਹਿਬ ਵਿਖੇ ਪਹੁੰਚਾਇਆ ਗਿਆ ਹੈ। ਪੰਜਾਬ ਸਰਕਾਰ ਨੇ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਤਹਿਤ ਜਿਹੜਾ ਸਾਡਾ ਮਲਕੇ ਅਤੇ ਗੁਰੂ ਸਰ ਭਗਤਾ ਇਹ ਕੇਸਿਸ ਸਾਡੇ SIT ਕੋਲ ਨੇ, ਉਹਦੀ ਤਫਤੀਸ਼ ਲਗਾਤਾਰ ਜਾਰੀ ਹੈ, ਕਿਉਂਕਿ ਅਸੀਂ ਸਮਝਦੇ ਹਾਂ ਸਾਰੇ ਕੇਸ ਸਿਮਿਲਰ ਕੇਸਿਸ ਤਰੀਕੇ ਦੇ ਸੀ। ਉਹਦੇ ਤਹਿਤ ਅਸੀਂ ਪਿੱਛੇ ਪੁੱਛਗਿੱਛ ਦੇ ਲਈ ਮਲਕੇ ਵਾਲੇ ਕੇਸ ਦੇ ਵਿੱਚ ਬੁਲਾਉਂਦੇ ਰਹੇ। ਉਹਦੇ ਵਿੱਚ ਮਹਿੰਦਰਪਾਲ ਬਿੱਟੂ ਨੂੰ ਅਸੀਂ ਅਰੈਸਟ ਕੀਤਾ ਸੀ, ਬੁਲਾਇਆ ਸੀ, ਪਰ ਉਹਦੀ ਤਫਤੀਸ਼ ਦੇ ਦਰਮਿਆਨ ਉਹਨਾਂ ਦਾ ਮੋਗੇ ਦੇ ਵਿੱਚ ਜਿਹੜੀਆਂ ਬੱਸਾਂ ਫੜਕੀਆਂ ਸਾੜੀਆਂ ਸੀ 2011 ਦੀਆਂ, ਉਹਦੀ ਕੰਸਪਾਇਰੇਸੀ ਅਤੇ ਉਹਦੀ ਮੇਨ ਕੰਸਪਾਇਰੇਟਰ ਇਹ ਅਮਰਜ ਹੋਇਆ ਸੀ। ਉਹਦੀ ਤਫਤੀਸ਼ ਦੇ ਵਿੱਚ ਦੇ ਸੰਬੰਧ 'ਚ ਅਸੀਂ ਹੋਰ ਵੀ ਕੁਛ ਉਹਦੇ ਬੰਦੇ ਅਰੈਸਟ ਕੀਤੇ ਆ, ਜਿਨ੍ਹਾਂ ਨੂੰ ਤੁਸੀਂ ਅੱਜ ਅਖਬਾਰ 'ਚ ਪੜ੍ਹਿਆ 6 ਬੰਦੇ, ਕੱਲ੍ਹ ਕਰਿਆ ਟੋਟਲ 7 ਬੰਦਿਆਂ ਦੀ ਅਰੈਸਟ ਹੋ ਚੁੱਕੀ ਹੈ। ਹੁਣ ਮਹਿੰਦਰਪਾਲ ਬਿੱਟੂ ਦੀ ਤਫਤੀਸ਼ ਦੇ ਦਰਮਿਆਨ, ਪੁੱਛਗਿੱਛ ਦੇ ਦਰਮਿਆਨ ਉਹਦੇ ਘਰ ਦੀ ਅਤੇ ਹੋਰ 2-3 ਪ੍ਰੈਮਿਸਿਸ ਦੀ, ਉਹ ਦੱਸ ਦਿਓ ਨਾ ਜੀ, ਨਰਿੰਦਰ ਜਗਜੀਤ ਕੰਡਾ, ਇੱਕ ਇਹਨਾਂ ਦੇ ਡੇਰਾ, ਇਹਨਾਂ ਤਿੰਨਾਂ ਜਗ੍ਹਾ ਦੀ ਅੱਜ SSP ਸਾਹਿਬ ਦੀ ਕੋਆਪਰੇਸ਼ਨ ਲੈ ਕੇ, ਨਾਨਕ ਸਿੰਘ ਉਹਨਾਂ ਦੀ ਫਰੀਦਕੋਟ ਦੀ, DSP ਸਾਡੇ ਜਿਹੜੇ ਨੇ ਸੁਲੱਖਣ ਸਿੰਘ ਸਿੱਟ ਦੇ ਮੈਂਬਰ ਨੇ ਇਹ, ਅਤੇ ਦਲਵੀਰ ਸਿੰਘ ਜਿਹੜੇ ਆਈਓ ਇੰਸਪੈਕਟਰ ਨੇ, ਇਹਨਾਂ ਦੇ ਤਹਿਤ ਇੱਥੇ ਭੇਜੇ ਸੀ। ਸਵੇਰ ਤੋਂ ਇਹ ਸਰਚਾਂ ਕਰ ਰਹੇ ਸੀ। ਜਗਜੀਤ ਸਿੰਘ ਕੰਡਾ ਨੂੰ ਰਾਸਤਾ 'ਚ ਲੈ ਲਿਆ, ਇੱਕ ਸੈਕਿੰਡ, ਇੱਥੇ ਕਰ ਰਹੇ ਸੀ, ਆਪਾਂ ਇਹਨੂੰ ਖਤਮ ਕਰ ਦਈਏ ਜੀ। ਤਾਂ ਦੌਰਾਨੇ ਇੱਥੇ ਪ੍ਰੈਸ਼ਰ ਜਿਹੜਾ SHO ਹੈ ਉਹ ਵੀ ਇੱਥੇ ਅਸਿਸਟ ਕਰ ਰਿਹਾ ਸੀ। ਉਹਨਾਂ ਨੇ ਜਦ ਇਸ ਘਰ ਦੀ ਪੂਰੀ ਬੇਟੀ ਦੇ ਘਰ ਦੀ ਤਲਾਸ਼ੀ ਚੱਲ ਰਹੀ ਸੀ ਬਰੀਕੀ ਨਾਲ, ਤਾਂ ਇੱਕ ਜੁੱਤੀਆਂ, ਪੁਰਾਣੀਆਂ ਜੁੱਤੀਆਂ ਵਾਲਾ ਅਤੇ ਹੋਰ ਕਬਾੜ ਦਾ ਸਟੋਰ ਹੈ, ਉਹਨੂੰ ਖੋਲ੍ਹਿਆ, ਤਾਂ ਜਦ ਉਹਨੂੰ ਫਰੋਲਦੇ ਸੀ ਤਾਂ ਉੱਥੇ ਜਨਮ ਸਾਖੀ ਗੁਰੂ ਨਾਨਕ ਸਾਹਿਬ ਇੱਕ ਪੋਥੀ ਰਫਲੀ 1 ਫੁੱਟ ਬਾਏ 6-7 ਇੰਚ ਉਹ ਮਿਲੀ। ਉਹਦੇ ਉੱਥੇ ਰੋਕ ਕੇ ਉਹਦੀ ਵੀਡੀਓਗ੍ਰਾਫੀ ਕਰਕੇ ਲੋਕਲ ਗਰੁੱਪ ਜਿਹੜੇ MC ਨੇ ਇਹ ਸਾਡੇ ਨਾਲ ਸਵੇਰ ਦੇ ਬਤੌਰ ਇੰਡੀਪੈਂਡੈਂਟ ਮੁਤਬਰ ਇਹ ਵਡੇਰਾ ਇਹ ਵੀ ਅਸੀਂ ਇਨਕੋਰਪੋਰੇਟ ਕੀਤੇ ਹੋਏ ਨੇ, ਤਾਂ ਇਹਨਾਂ ਦੀ ਔਰ ਗੁਰਦੁਆਰਾ ਸਾਹਿਬ ਵਾਲੇ ਬੁਲਾਏ, ਲੋਕਲ ਗੁਰੂ ਤੇਗ ਬਹਾਦਰ ਸਾਹਿਬ ਤੋਂ ਗੁਰਦੁਆਰਾ ਗ੍ਰੰਥੀ ਸਾਹਿਬ ਅਤੇ ਇੱਕ ਮੈਨੇਜਮੈਂਟ ਕਮੇਟੀ ਦੇ ਮੈਂਬਰ ਆਏ ਨੇ, ਉਹਨਾਂ ਸਾਹਮਣੇ ਅਰਦਾਸ ਕਰਕੇ ਹੰਡਿਆਦਾ ਦੇ ਨਾਲ ਇਹ ਜਨਮ ਸਾਖੀ ਨੂੰ ਉਹਦੇ 'ਚ ਲੈ ਕੇ ਗੁਰਦੁਆਰਾ ਸਾਹਿਬ ਪਹੁੰਚਾਇਆ ਗਿਆ ਪ੍ਰੋਪਰ ਤਰੀਕੇ ਨਾਲ ਮਰਿਆਦਾ ਨਾਲ, ਅਤੇ ਇਹਦੇ ਤਹਿਤ 295 ਇਹ ਸੈਕਰੀਲੇਜ ਦਾ ਕੇਸ ਫਰੈਸ਼ ਨਵਾਂ ਦਰਜ ਕੀਤਾ ਇੱਥੇ, ਕਿਉਂਕਿ ਇਹਦੀ ਬੇਅਦਬੀ ਹੋ ਗਈ। ਬਿਲਕੁਲ ਅਸੀਂ ਇਹਨਾਂ ਨੂੰ ਬੇਅਦਬੀ ਕੇਸਾਂ ਦੇ ਨਾਲ ਜੋੜ ਕੇ
ਅਸੀਂ ਇਸ ਨੂੰ ਤਫਤੀਸ਼ ਨੂੰ ਅੱਗੇ ਲਿਜਾ ਰਹੇ ਹਾਂ। ਚਲੋ ਨਰਿੰਦਰ ਗੰਡਾ ਨੂੰ ਅਸੀਂ ਰਾਊਂਡ ਅਪ ਕੀਤਾ ਸਸਪੈਕਟ ਦੇ ਤੌਰ ਤੇ, ਉਹਦੀ ਪੁੱਛਗਿੱਛ ਅਸੀਂ ਘਰ ਦੀ ਤਲਾਸ਼ੀ ਲੈ ਲਈ ਹੈ। ਡੱਗੋ ਰੋਮਾਣੀ ਤੋਂ ਇੱਕ ਸ਼ਕਤੀ ਸਿੰਘ ਦਾ ਨਾਮ ਵਿਅਕਤੀ ਫਕੜਿਆ ਗਿਆ, ਉਹਦੇ ਘਰੋਂ ਕੁਛ ਪੱਤਰੇ ਬਰਾਮਦ ਹੋਏ, ਕੀ ਇਹ ਸੱਚਾਈ ਹੈ ਜਾਂ? ਬਿਲਕੁਲ ਝੂਠ ਹੈ। ਜੇ ਕੋਈ ਇੰਨੀ ਚੀਜ਼ ਵੀ ਕਿਤੇ ਬਰਾਮਦ ਹੋਊਗੀ ਤਾਂ ਮੁਅੱਜ਼ਜ਼ ਲੋਕਾਂ ਦੇ ਸਾਹਮਣੇ ਔਰ ਪੂਰਨ ਏਕ ਸ੍ਰੀ ਸਿੰਘ ਸੇ ਗੁਰੂ ਗ੍ਰੰਥ ਸਾਹਿਬ ਲਈ, ਜੇ ਗੁਰੂ ਗ੍ਰੰਥ ਸਾਹਿਬ ਕਿਤੇ ਹੋਊਗਾ ਜਾਂ ਹੋਊਗੀ, ਪੂਰਨ ਮਰਿਆਦਾ ਦੇ ਨਾਲ ਪੰਜ ਪਿਆਰਿਆਂ ਅਤੇ ਲੋਕਾਂ ਦੀ ਤੁਹਾਡੇ ਸਾਰਿਆਂ ਦੇ ਸਾਹਮਣੇ ਅੱਜ ਜਿਵੇਂ ਟਰਾਂਸਪੇਰੈਂਟ ਤਰੀਕੇ ਨਾਲ ਕਰਕੇ ਚੱਲਿਆ, ਇਸ ਤਰੀਕੇ ਨਾਲ ਕਰਾਂਗੇ। ਹਾਲੇ ਟੋਟਲ ਅਫਵਾਹਾਂ ਨੇ ਸਾਨੂੰ ਉੱਥੋਂ, ਮੈਂ ਖੁਦ ਗਿਆ ਸੀ ਡੱਗੋ ਰਮਾਣਾ ਪਰਸੋਂ ਰਾਤ ਨੂੰ, ਉੱਥੇ ਮੈਨੂੰ ਕੁਛ ਨਹੀਂ ਲੱਭਿਆ। ਮੇਰੇ ਵੱਲੋਂ ਐਫਰਟ, ਮੇਰੀ ਸਿੱਟ ਵੱਲੋਂ, ਜ਼ਿਲ੍ਹੇ ਵੱਲੋਂ, ਪੰਜਾਬ ਪੁਲਿਸ ਵੱਲੋਂ, ਪੰਜਾਬ ਸਰਕਾਰ ਵੱਲੋਂ ਕੋਈ ਕਿਸੇ ਕਿਸਮ ਦੀ, ਅੱਜ ਮੈਨੂੰ ਚੌਥਾ ਦਿਨ ਹੋ ਗਿਆ, ਮੇਰੇ ਚਿਹਰੇ ਤੋਂ ਤੁਸੀਂ ਪੜ੍ਹ ਸਕਦੇ ਹੋ, ਦਿਨ ਰਾਤ ਅਸੀਂ ਇੱਕ ਕੀਤੀ ਹੋਈ ਹੈ ਕਿ ਅਸੀਂ ਕੋਈ ਅੱਧ ਵਿਚਾਲਾ ਨਹੀਂ ਛੱਡਣਾ ਚਾਹੁੰਦੇ, ਸਾਡੀ ਸਾਰੀ ਐਫਰਟਸ ਹੈ। ਪਰ ਅਨਫੋਰਚੂਨੇਟਲੀ ਹਾਲੇ ਗੁਰੂ ਗ੍ਰੰਥ ਸਾਹਿਬ ਨੇ ਜਿਹੜੇ ਉਹ ਸਾਨੂੰ ਨਹੀਂ ਲੱਭੇ। ਪੱਤਰਕਾਰਾਂ ਦੇ ਕਈ ਸਵਾਲਾਂ ਦੇ ਜਵਾਬ ਦੇਣ ਤੋਂ ਸਾਫ ਇਨਕਾਰ ਕਰਦੇ DIG ਰਣਵੀਰ ਸਿੰਘ ਨੇ ਦੱਸਿਆ ਕਿ ਬਹੁਤ ਸਾਰੀਆਂ ਗੱਲਾਂ ਜੇ ਤਫਤੀਸ਼ ਦੇ ਅਧੀਨ ਹਨ ਅਤੇ ਉਹਨਾਂ ਦੇ ਖੁਲਾਸੇ ਨਾਲ ਇਸ ਜਾਂਚ ਉੱਪਰ ਬੁਰਾ ਪ੍ਰਭਾਵ ਪੈ ਸਕਦਾ ਹੈ। ਇਸ ਲਈ ਹੀ SIT ਵੱਲੋਂ ਕੋਈ ਵੀ ਅਜਿਹੀ ਗੱਲ ਦੱਸਣ ਤੋਂ ਗੁਰੇਜ਼ ਕੀਤਾ ਜਾ ਰਿਹਾ ਜਿਸ ਨਾਲ ਵਿਵਾਦ ਖੜਾ ਹੋ ਸਕੇ। ਇਸ ਮੌਕੇ ਉਹਨਾਂ ਨਾਲ ਡਾਕਟਰ ਨਾਨਕ ਸਿੰਘ, SSP ਫਰੀਦਕੋਟ, ਮਨਵਿੰਦਰ ਸਿੰਘ, DSP ਕੋਟਕਪੂਰਾ ਤੇ ਸਿਟੀ ਥਾਣੇ ਦੇ ਮੁਖੀ ਖੇਮ ਚੰਦ ਪ੍ਰਾਸ਼ਰ ਸਮੇਤ SIT 'ਚ ਸ਼ਾਮਲ ਹੋਰ ਵੀ ਭਾਰੀ ਗਿਣਤੀ 'ਚ ਪੁਲਿਸ ਅਧਿਕਾਰੀ ਹਾਜ਼ਰ ਰਹੇ। ਕੋਟਕਪੂਰਾ ਤੋਂ ਪੱਤਰਕਾਰ ਗੁਰਪ੍ਰੀਤ ਸਿੰਘ ਔਰਖ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ, ਦਾ NRI TV।